ਆਪਣੇ ਪੁੱਤ ਦੇ ਜਨਮ ਦਿਨ ਤੇ ਕੁੱਲੜ ਪੀਜ਼ਾ ਕਪਲ ਦੇ ਵੱਲੋਂ ਲੰਗਰ ਲਗਾਇਆ ਗਿਆ ਤਾਂ ਖੁਸ਼ੀ ਦੇ ਵਿੱਚ ਸਹਿਜ ਅਰੋੜਾ ਦੇ ਵੱਲੋਂ ਢੋਲ ਵੀ ਵਜਾਇਆ ਗਿਆ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜੋ ਕਿ ਕੁੱਲੜ ਪੀਜ਼ਾ ਕਪਲ ਦੇ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ। ਤਾਂ ਪਿਛਲੇ ਸਾਲ ਦੱਸ ਦਈਏ ਕਿ ਇਹਨਾਂ ਦੇ ਪੁੱਤ ਵਾਰਿਸ ਦਾ ਜਨਮ ਹੋਇਆ ਸੀ ਤਾਂ ਖੁਸ਼ੀ 'ਚ ਇਹਨਾਂ ਦੇ ਵੱਲੋਂ ਆਪਣੀ ਦੁਕਾਨ ਫਰੈਸ਼ ਬਾਈਟ ਦੇ ਬਾਹਰ ਲੰਗਰ ਵੀ ਲਗਾਇਆ ਗਿਆ। ਤਾਂ ਵੇਖ ਸਕਦੇ ਹੋ ਮਾਂ ਪਿਓ ਨੂੰ ਆਪਣੇ ਪੁੱਤ ਦੇ ਪਹਿਲੇ ਜਨਮ ਦਿਨ 'ਤੇ ਕਿੰਨਾ ਚਾਅ ਚੜਿਆ ਹੋਇਆ, ਕਿਉਂਕਿ ਪਿਛਲਾ ਸਾਲ ਇਹਨਾਂ ਦੇ ਲਈ ਕਾਫ਼ੀ ਤਕਲੀਫਾਂ ਵਾਲਾ ਨਿਕਲਿਆ। ਤਾਂ ਹੁਣ ਪੁੱਤ ਨਾਲ ਖੁਸ਼ੀ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ। ਜਿੱਥੇ ਵਾਰਿਸ ਅੱਜ 1 ਸਾਲ ਦਾ ਹੋ ਗਿਆ ਤਾਂ ਜਨਮਦਿਨ ਤੇ ਸਹਿਜ ਅਰੋੜਾ ਨੇ ਢੋਲ ਵਜਾਇਆ ਤੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਵੀ ਖੁਸ਼ ਨਜ਼ਰ ਆਏ। ਹਾਲਾਂਕਿ ਉਹਨਾਂ ਦੇ ਵੱਲੋਂ ਆਪਣੇ ਪੁੱਤ ਦਾ ਚਿਹਰਾ ਨਹੀਂ ਦਿਖਾਇਆ ਗਿਆ, ਪਰ ਪੁੱਤ ਦੇ ਜਨਮਦਿਨ ਦੇ ਉੱਤੇ ਇਹਨਾਂ ਦੇ ਵੱਲੋਂ ਆਪਣੀ ਦੁਕਾਨ ਫਰੈਸ਼ ਬਾਈਟ ਦੇ ਬਾਹਰ ਲੋਕਾਂ ਦੇ ਲਈ ਲੰਗਰ ਲਗਾਇਆ ਗਿਆ। ਤਾਂ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਕੁੱਲੜ ਪੀਜ਼ਾ ਦੇ ਨਾਮ ਤੋਂ ਦੋਨੋਂ ਮਸ਼ਹੂਰ ਹੋਏ ਸੀ ਤੇ ਦੂਰ ਦੂਰ ਤੱਕ ਇਹਨਾਂ ਦੀ ਪਹਿਚਾਣ ਬਣੀ। ਤਾਂ ਕਾਫ਼ੀ ਦੂਰ ਤੋਂ ਲੋਕ ਇਹਨਾਂ ਦੇ ਕੁੱਲੜ ਪੀਜ਼ਾ ਖਾਣ ਆਉਂਦੇ ਸੀ, ਜਿਸ ਤੋਂ ਬਾਅਦ ਇਹਨਾਂ ਨੇ ਆਪਣੀ ਪਹਿਚਾਣ ਬਣਾਈ ਸੀ। ਤਾਂ ਅੱਜ ਖੁਸ਼ੀ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਲੰਗਰ ਲਗਾਇਆ ਗਿਆ ਜਿੱਥੇ ਇਹਨਾਂ ਦਾ ਪੁੱਤ ਅੱਜ 1 ਸਾਲ ਦਾ ਹੋ ਗਿਆ। ਤਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ।